पुरानी पेंशन बहाली संघर्ष समिति की बैठक विवेकानंद पार्क सुजानपुर में जिला कन्वीनर रजनीश कुमार व चेयरमैन भवानी ठाकुर की अध्यक्षता में हुई, जिसमें विशेष रूप से पंजाब स्टेट सबॉर्डिनेट सर्विसेज फेडरेशन के जिलाध्यक्ष रजिंदर धीमान विशेष तौर पर पहुंचे। प्रतिनिधियों ने पंजाब सरकार के खिलाफ रोष जताते हुए कहा कि पंजाब सरकार की ओर से 2004 के बाद सरकारी सेवा में आए सभी कर्मचारियों को पुरानी पेंशन बहाली का वायदा किया गया था, लेकिन अभी तक कर्मचारियों को पुरानी पेंशन बहाली का लाभ नहीं दिया गया। समिति कर्मचारियों के हक के लिए संघर्ष करती रहेगी। थोड़ा लाउड बोलिए। आज पुरानी पेंशन बहाली संघर्ष कमेटी वालों सुजानपुर के विवेकानंद पार्क के मीटिंग की गई, जिस दे विच अपनी जथेबंदी वालों इस जिले के दोनों MLA नूं मंग पत्र देने का प्रोग्राम जिहड़ा बनाया गया। 13 तरीक नूं सब तो पहले MLA होया श्रीमान जोगिंदरपाल जी, और उस तो बाद पठानकोट के MLA अमित बिज जी नूं मंग पत्र दिए जाणगे। उस तो बाद 29 अगस्त नूं लुधियाने दे विच विशाल रैली की जाएगी। जिहड़ी पंजाब सरकार ने नियुक्त साडा मोर्चा सीगा उहनूं टाइम दित्ता, ते बड़ी माड़ी गल है कि 2004 तो बाद जिहड़े इंपलाई आए उहनां दी पुरानी पेंशन लई कोई भी गल उहदे विच नहीं कीती, जिहदे मद्देनज़र सानूं स्टेट बाडी वल्लों बल बद्ध ते वख वख जिहड़े एक्शन दित्ते गए ने, जिन्हां विचों इक 14 अगस्त दा एक्शन है जिहदे विच सारे MLA नूं ਦੇ ਘਰ ਦੇ ਬਾਹਰ ਧਰਨਾ ਲਾ ਕੇ ਮੰਗ ਪੱਤਰ ਦੇਣਾ। ਸਾਡੇ ਵੱਲੋਂ ਸਟੇਟ ਕਮੇਟੀ ਨੇ ਬੜਾ ਕਲੀਅਰ ਕੀਤਾ ਕਿ ਅਗਰ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਲਈ ਗੱਲ ਨਹੀਂ ਕਰਦੀ ਤਾਂ ਅਸੀਂ ਭਰਵੇਂ ਹੁੰਗਾਰੇ ਨਾਲ ਅਤੇ ਭਰਵੀਂ ਸੰਖਿਆ ਨਾਲ ਜ਼ਿਲ੍ਹਾ ਪੱਧਰ, ਤਹਿਸੀਲ ਪੱਧਰ ਅਤੇ ਸਟੇਟ ਪੱਧਰ 'ਤੇ ਰੈਲੀਆਂ ਕਰਾਂਗੇ, ਧਰਨੇ ਮੁਜ਼ਾਹਰੇ ਕਰਾਂਗੇ ਅਤੇ ਆਪਣੀ ਮੰਗ ਆਪਣੇ ਹੱਥ ਲੈ ਕੇ ਰਹਾਂਗੇ। 2004 ਤੋਂ ਬਾਅਦ ਮੁਲਾਜ਼ਮ ਜਿਹੜੇ ਨੇ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਦੀ ਉਹਨਾਂ ਦਾ ਮਨ ਵਿੱਚ ਬਹੁਤ ਰੋਸ ਹੈਗਾ ਅਤੇ ਉਹ ਚਾਹੁੰਦੇ ਨੇ ਕਿ ਸਰਕਾਰ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਜਲਦੀ ਤੋਂ ਜਲਦੀ ਬਹਾਲ ਕਰੇ। ਇਹ ਸਾਡਾ ਲੋਕਤੰਤਰਿਕ ਹੱਕ ਵੀ ਹੈਗਾ ਅਤੇ ਜੇ MLA ਜਾਂ MP ਹੋਰ ਉਹਨਾਂ ਨੂੰ ਜਿਹੜੀਆਂ 8-8 10-10 ਪੈਨਸ਼ਨਾਂ ਮਿਲ ਸਕਦੀਆਂ ਤਾਂ ਸਾਨੂੰ ਜਿਹੜੀਆਂ ਮੁਲਾਜ਼ਮਾਂ ਨੂੰ ਇਹਦੇ ਤੋਂ 5-2 ਕੀਤਾ ਜਾ ਰਿਹਾ। ਇਸ ਸੰਬੰਧ ਵਿੱਚ ਜਿਹੜਾ ਸਾਡਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੈ ਉਹਨੇ ਇੱਕ ਪ੍ਰੋਗਰਾਮ ਉਲੀਕਿਆ ਕਿ 14 ਤਰੀਕ ਨੂੰ ਜਿਹੜਾ ਹੈ ਉਹ MLA ਦੇ ਘਰਾਂ ਬਾਹਰ ਆਪਾਂ ਸ਼ਾਂਤਮਈ ਧਰਨਾ ਦੇਵਾਂਗੇ। ਉਸ ਦੇ ਬਾਅਦ ਜਿਹੜਾ 23 ਤਰੀਕ ਨੂੰ PFRDA ਦੀਆਂ ਜਿਹੜੀਆਂ ਕਾਪੀਆਂ ਨੇ ਉਹ ਸਾੜੀ ਜਾਣਗੀਆਂ ਅਤੇ 29 ਤਰੀਕ ਨੂੰ ਜਿਹੜੀ ਹੈ ਲੁਧਿਆਣਾ ਰੈਲੀ ਦੇ ਵਿੱਚ ਸਾਡਾ ਜਿਹੜਾ ਪਠਾਨਕੋਟ ਜ਼ਿਲ੍ਹਾ ਹੈ ਉਹ ਉਸਦੀ ਭਰਵੀਂ ਸ਼ਮੂਲੀਅਤ ਰਹੇਗੀ। ਅਸੀਂ ਵੱਧ ਤੋਂ ਵੱਧ ਜਿਹੜੇ ਇੱਥੋਂ ਦੇ ਆਪਣੇ ਮੁਲਾਜ਼ਮ ਜਿਹੜੇ ਜਿਨ੍ਹਾਂ ਨੂੰ ਕੋਈ ਜਦੋਂ ਪੈਨਸ਼ਨ ਦਾ ਹੱਕ ਹੋਇਆ ਗਿਆ ਉਹ ਲਗਭਗ ਇਸ ਵੇਲੇ ਪੰਜਾਬ ਦੇ ਵਿੱਚ ਕੋਈ 2 ਲੱਖ ਦੇ ਕਰੀਬ ਹੈਗੇ ਨੇ, ਉਹਨਾਂ ਨੂੰ ਅਸੀਂ ਸਾਰਿਆਂ ਨੂੰ ਉੱਥੇ ਲਿਜਾ ਕੇ ਵੱਡੀ ਗਿਣਤੀ ਦੇ ਵਿੱਚ ਕੈਪਟਨ ਸਰਕਾਰ ਦਾ ਪੇਟ ਸਿਆਪਾ ਕਰਾਂਗੇ। ਸਾਡੀ ਸਾਰਿਆਂ ਦੀ ਇੱਕ ਪੁਰਜੋ ਰਹੀ ਮੰਗ ਹੈ ਸਰਕਾਰ ਅੱਗੇ ਕਿ ਸਾਡੀ ਪੁਰਾਣੀ ਪੈਨਸ਼ਨ ਬਹਾਲ। 2017 ਨੂੰ ਜਦੋਂ ਆਪਣੇ ਕਾਂਗਰਸ ਸਰਕਾਰ ਬਣੀ ਸੀਗੀ ਉਸ ਵੇਲੇ ਕਾਂਗਰਸ ਸਰਕਾਰ ਬੰਦੇ ਹੀ ਬਣਨ ਤੋਂ ਪਹਿਲੇ ਸਾਡੇ ਨਾਲ ਵਾਅਦਾ ਕੀਤਾ ਸੀਗਾ, ਜਿਹੜੇ 2004 ਤੋਂ ਬਾਅਦ ਅਪੁਆਇੰਟ ਹੋਏ ਆ ਆਪਣੇ CPF ਦੇ ਕਰਮਚਾਰੀ ਜਿਨ੍ਹਾਂ ਦੀ ਪੁਰਾਣੀ ਪੈਨਸ਼ਨ ਨਹੀਂ ਸੀਗੀ, ਔਰ ਅੱਜ 4.5 ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਜਿਹੜੀ ਮੰਗ ਤੋਂ ਜਿਹੜੀ ਸਾਨੂੰ ਵਾਅਦਾ ਕੀਤਾ ਸੀਗਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਉਸ ਤੋਂ ਸਰਕਾਰ ਮਨੁੱਖਰ ਹੋ ਗਈ ਹੈ, ਔਰ ਲਾਸਟ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਬਿਲਕੁਲ ਵੀ ਇਸ ਮੰਗ ਨੂੰ ਜੋ ਹੈ ਵਿਚਾਰਿਆ ਨਹੀਂ ਗਿਆ। ਇਸ ਲੜੀ ਦੇ ਤਹਿਤ ਆਪਾਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਜਿਹੜੇ ਐਕਸ਼ਨ ਸਾਨੂੰ ਸਟੇਟ ਬੋਡੀ ਵੱਲੋਂ ਆਏ ਆ ਉਹਨੂੰ ਹੋਰ ਤੇਜ਼ ਕਰਦੇ ਹਾਂ, ਇਸ ਚੀਜ਼ ਲਈ ਹਰ ਇੱਕ ਐਕਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਜਾਏਗੀ। ਸੋ ਅਸੀਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜੀ 2004 ਤੋਂ ਬਾਅਦ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ 'ਤੇ ਪੁਰਾਣੀ ਪੈਨਸ਼ਨ। +2 ਤੱਕ ਤਾਂ ਮੈਂ ਪੜ੍ਹਾਈ ਮੇਂ ਠੀਕ ਠਾਕ ਥੀ, ਪਰ ਗ੍ਰੈਜੂਏਸ਼ਨ ਮੇਂ ਆਨੇ ਕੇ ਬਾਅਦ ਮੇਰਾ ਪੜ੍ਹਾਈ ਸੇ ਮਨ ਸਾ ਉੱਠਨੇ ਲਗਾ। ਮਨ ਚਾਹੇ ਪਿਆਰ ਸੇ ਸ਼ਾਦੀ ਕੌਣ ਨਹੀਂ ਕਰਨਾ ਚਾਹਤਾ। ਕਾਰੋਬਾਰ ਮੇਂ ਹੋ ਰਹਾ ਘਾਟਾ, ਆਦਮੀ ਪਰੇਸ਼ਾਨ ਤੋ ਹੋਗਾ ਹੀ। अब
अब पठानकोट मामून में खुल चुका है इंपोर्टेड फ्लावर डेकोरेशन की दुनिया में नया नाम फर्न्स एंड पेटल्स, जिसमें आपको मिलेगी फ्लावर डेकोरेशन यूनिक एंड स्टाइलिश। आवर स्पेशलिटीज ऑर्डर बाय फोन, फ्री होम डिलीवरी, फ्लोरल अरेंजमेंट्स फॉर ऑफिसेज, डेकोरेशंस फॉर वेडिंग फंक्शंस, रूम डेकोरेशन, कार डेकोरेशन, आर्टिफिशियल एंड ड्राइड फ्लावर्स, ट्राउजर पैकिंग, वेडिंग गार्लैंड्स, डेकोरेशन फॉर स्मॉल पार्टीज, कॉन्फ्रेंसेज एंड फैशन शोज। सो विजिट टू फर्न्स एंड पेटल्स, ऑपोजिट महिंद्रा शोरूम, नियर कैप्सन्स रोजी रोड, मामून, पठानकोट। Once you visit this campus, your all queries regarding admission shall be fulfilled. Do visit us before seeking admission anyway. Raghi Home Decor. Give your home, offices, interior and exterior wall, ceiling, furniture and door panel an elegant look. Expert in UV PVC wall, wallpapers, partition jali. Aapki kalpanik soch ko utare aakar mein. और आकार सवारे वार्ड नंबर 11 नियर नोबेल्टी मॉल ममून रोड पठानकोट।